ਹਾਏ ਹਾਏ ਓ ਰੱਬਾ, ਇੰਨੀ ਗਰਮੀ ਯਾਰ। ਉਹ ਇੱਕ ਕੰਮ ਕਰਦਾ, MR ਸਟੋਰ ਵਾਲਿਆਂ ਦੇ ਚੱਲਦਾ, ਜਾ ਕੇ AC ਦੀ ਹਵਾ ਤਾਂ ਲਈਏ। ਬਾਈ ਕੀ ਹਾਲ ਨੇ, ਠੀਕ ਹੋ? ਆ ਜਾ ਬਾਈ ਅੰਦਰ। ਇਹਨੂੰ ਯਾਰ ਮੈਂ ਦੇਖਿਆ ਦੇਖਿਆ ਲੱਗਦਾ ਜਿਵੇਂ ਮੂਵੀਆਂ ਵਾਲਾ ਬੰਦਾ ਹੁੰਦਾ। ਸਤਿ ਸ੍ਰੀ ਅਕਾਲ ਬਾਈ ਜੀ। ਹੈਂ, ਫੇਰ ਆ ਗਿਆ ਅੱਜ? ਹਾਂ ਫੇਰ ਆ ਗਿਆ ਅੱਜ। ਕੀ ਲੈਣਾ ਅੱਜ? ਕੱਪੜੇ ਲੈਣੇ ਆ, ਪੈਂਟਾਂ ਲੈਣੀਆਂ ਨੇ, ਸ਼ਰਟਾਂ ਲੈਣੀਆਂ। ਤੈਨੂੰ ਕੀ ਦੱਸੇ, ਕੱਪੜੇ ਵੇਚਦੇ ਆ, ਅੰਬ ਨਹੀਂ ਵੇਚਦੇ? ਉਹ ਭਰਾਵਾ ਫਿਰ ਕੱਪੜੇ ਲੈਣੀ ਆਇਆ, ਹੋਰ ਮੈਂ ਇੱਥੇ ਅੰਬ ਲੈਣ ਆਇਆ? ਦਿੱਤੇ ਸੋਤੋਂ, ਸੋਤੋਂ ਅੰਬ ਹੀ ਨਹੀਂ ਦਿੱਤੇ ਜਾਣੇ। ਉਹ ਇਹ ਤਾਂ ਪਹਿਲਾਂ ਹੀ ਅੱਖਾਂ ਜੀਆਂ ਮਲੀ ਜਾਂਦਾ। ਕੀ ਚਾਹੀਦਾ ਤੈਨੂੰ ਵੀਰ? ਤੂੰ ਕੱਪੜੇ ਵੇਚਣੇ ਆ ਕੇ ਰੋਹ ਮਾਰਦਾ? ਇਹ ਰੋਹ ਵੀ ਚੱਲਦਾ ਵੀਰ? ਉਹ ਭਰਾਵਾ ਰੋਹ ਨਾਲ ਹੀ ਵੇਚਦੇ ਅਸੀਂ ਤਾਂ। ਉਹ ਭਰਾਵਾ ਰੋਹ ਵੀ ਬਹੁਤ ਮਾਰਦਾ ਤੇਰਾ ਬੰਦਾ ਯਾਰ। ਭਰਾਵਾ ਪਿਆਰ ਨਾਲ ਡਰ ਲੱਗਦਾ। ਚਾਹੀਦਾ ਕੀ ਹੈ ਵੀਰ? ਚਾਹੀਦਾ ਤਾਂ ਬਹੁਤ ਕੁਛ ਆ, ਪਹਿਲਾਂ ਤਾਂ ਕੁਛ ਦੇ ਵਿੱਚ ਤਾਂ ਬਹੁਤ ਕੁਛ ਆ ਜਾਂਦਾ ਹੈ। ਆ ਬਾਈ AC 28 ਨੰਬਰ ਤੇ 24 ਤੇ ਕਰ ਲੈ ਯਾਰ। ਨੰਬਰ ਪੱਕਾ ਕਰਿਆ ਹੈ ਨਾ? ਚੱਲਦਾ 24 ਦੀ ਹੈ। ਅੱਛਾ ਨੰਬਰ ਪੱਕਾ ਕਰਿਆ, ਚੱਲਦਾ 24 ਤੇ ਆ। ਫਿਰ ਕੂਲਿੰਗ ਕਾਹਤੋਂ ਨਹੀਂ ਹੈਗੀ? ਕੂਲਿੰਗ ਇੰਨੀ ਕਿ ਲੱਗਦਾ ਇਸ ਦਾ ਵੀ ਤਾਂ ਬਿਮਾਰ ਜੇ ਰਹਿੰਦੇ ਆ ਥੋੜੇ ਜੀ। ਇਹ ਫਿਰ 28 ਤੇ ਕਿਵੇਂ ਖੜਾ ਹੈਗਾ? ਇਹ 28 ਦੀ ਰੱਖਦੇ ਆ ਵੀਰ, ਪਹਿਲਾਂ ਦੀ ਫਿਕਸ ਕਰੇ ਹੋਏ ਨੰਬਰ ਸਾਡੇ। 28 ਨੰਬਰ ਸਾਡੇ ਲਈ ਲੱਕੀ ਹੈ। ਅੱਛਾ ਮੈਂ ਆਏ ਕਰਦਾ, ਇੱਕ ਮਿੰਟ ਬਾਈ, ਇੱਕ ਮਿੰਟ। ਹਾਂ ਬਾਈ ਆ, ਉਹ ਸਾਲਟਾਂ ਕੱਢ ਦੇ। ਮੈਂ ਆਏ ਕਰਦਾ, ਇਹਨੂੰ ਕੀ ਪਤਾ ਲੱਗਦਾ? ਮੈਨੂੰ ਤਾਂ ਲੱਗਦਾ ਇਹ ਵੀ ਗੱਲੂ ਮਾਰੂ ਜਿਹਾ ਬੰਦਾ ਹੈਗਾ, ਇਹਦੇ ਨਾਲ ਮਗਜ ਮਾਰੀ ਜਾਂਦੇ ਆ। 10 ਮਿੰਟ AC ਦੀ ਹਵਾ ਤਾਂ ਲਈਏ ਬਾਈ, ਐਂ ਕਰ ਆ ਸ਼ਰਟ ਦਿਖਾ ਦੇ। ਉਹ ਸ਼ਾਇਦ ਕੀ ਆਊ ਤੇਰੇ? AC ਦੀ ਹਵਾ ਵੀ ਸਿੱਧੀ ਪੈਂਦੀ ਆ। ਉਹ ਸ਼ਾਇਦ ਤਾਂ ਦੱਸ। ਸ਼ਾਇਦ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਮੈਨੂੰ ਸਾਈਜ਼ਾਂ ਸੂਜਾਂ ਦਾ ਪਤਾ ਨਹੀਂ, ਮੈਂ ਹੈਗਾ ਅਨਪੜ੍ਹ। ਲੱਕੜ ਵਰਗਾ ਸਰੀਰ ਆ ਤੇਰਾ, ਮੈਨੂੰ ਤਾਂ ਲਾ ਤੇਰੇ ਮੂਮੀ ਆ ਜੂ। ਬਾਈ ਲੱਕੜ, ਲੱਕੜ ਦੇ ਬਾਲਿਆਂ ਦੀ ਛੱਤ ਖੜਦੀ ਹੁੰਦੀ ਆ, ਤੈਨੂੰ ਪਤਾ? ਖੜਦੀ ਹੈ ਕਈ ਵੀ, ਢਹਿ ਵੀ ਜਾਂਦੀ ਆ ਮੀਂਹ ਮੂੰਹ ਚ ਪੁੱਤ। ਆ ਲੈ ਦੇਖ ਲੈ, ਪਰ ਸਾਡੇ ਵਾਲੀ ਨਹੀਂ ਢਹਿੰਦੀ। ਨਵੀਂ ਕੁਆਲਿਟੀ ਆਈ ਆਪਣੇ ਲਵੇ। ਬਾਈ ਗੁੱਸਾ ਨਾ ਕਰਿਆ ਕਰ ਮੇਰੀ ਗੱਲ ਤਾਂ ਕਿਸੇ ਦਾ ਯਾਰ। ਤੈਨੂੰ ਇਹ ਗੱਲ ਕਹਾਂ, ਆ ਕਾਲੀ ਐਨਕ ਲਾ ਕੇ ਹਨਾ, ਜਮਾ ਹੀ ਉਹੀ ਲੱਗਦਾ ਬਾਈ। ਉਹੀ ਕੀ ਵੀਰ? ਉਹੀ ਦਾ ਕੀ ਮਤਲਬ ਹੋਇਆ ਬਾਈ? ਉਹੀ ਤਾਂ ਮੈਨੂੰ ਨੀ ਪਤਾ ਬਾਈ। ਆ ਸ਼ਰਟ ਤਾਂ ਵਧੀਆ, ਪਰ ਇਹਦੇ 3 ਬਟਨ ਨਹੀਂ ਹੈਗੇ। ਉਹ ਬਟਨ ਹੈਗੇ ਨੇ, ਇੰਨਾ ਹੋਇਆ ਫਿਰ ਲੱਗੇ ਹੋਏ ਥੱਲੇ ਆ ਗਏ ਬਟਨ। ਹੋਰ ਕਾ? ਹਾਏ ਹਾਏ ਰੱਬਾ, AC ਦੀ ਠੰਡ ਚੜ ਗਈ ਅੱਜ ਤਾਂ, 10 ਮਿੰਟ ਸਵਾਦ ਹੋਰ ਲਈਏ। ਉਹ AC ਦੀ ਠੰਡ ਮਿਲੀ ਜਾਊ, ਤੂੰ ਚੀਜ਼ ਦੱਸ ਕੀ ਲੈਣੀ ਆ? ਬਾਈ ਜੇ ਸ਼ਰਟ ਤਾਂ ਛੋਟੀ ਆ ਵਧੀਆ, ਹਾਂ ਕੱਪੜਾ ਵੀ ਪੂਰਾ ਵਧੀਆ, ਕੱਪੜਾ ਤਾਂ ਪੂਰਾ ਵਧੀਆ। ਚੱਕਰ ਪਤਾ ਕੀ ਆ? ਇਹਦੇ ਬਟਨ ਮਾੜੇ ਨੇ। ਓਏ ਬਟਨਾਂ ਨੂੰ ਕੀ ਹੋਇਆ ਹੈ? ਬਟਨ ਕਿੱਥੇ ਜਾਂਦੇ ਨੇ? ਥਾਪੀ ਨਾਲ ਧੋ ਲਈ ਜਾਏ। 5 ਮਿੰਟ ਗੱਲ ਸੁਣ ਮੇਰੀ ਧਿਆਨ ਨਾਲ। ਇਹ ਚੱਕਰ ਪਤਾ ਕੀ ਆ ਬਾਈ? ਤੂੰ ਹੈਗਾ ਨਵਾਂ। ਅੱਛਾ ਹਨਾ, ਗੱਲ ਕਿਹੜੀ ਚੱਲਦੀ ਸੀ ਆਪਣੀ? ਵੈਸੇ ਕੀ ਦੱਸਦਾ ਤੈਨੂੰ ਮੈਂ? ਨਵਾਂ ਨੂਵਾਂ ਨੀ ਮੈਂ ਹੈਗਾ, ਮੈਂ ਤਾਂ ਬਾਹਲਾ ਪੁਰਾਣਾ ਪਾਪੀ ਆ। ਦੇਖਿਆ ਪੁਰਾਣਾ ਪਾਪੀ ਕਹਿੰਦੇ ਨੇ ਇਹਨੂੰ, ਪੁਰਾਣਾ ਖੁੰਡ ਉਹ ਆ ਮੈਂ। ਇਹ ਸਾਲਾ ਮੈਨੂੰ ਗੱਲ ਹੀ ਨੀ ਆਉਣ ਦਿੰਦਾ। ਚੱਲ ਛਾਏ ਕਰ ਮੈਨੂੰ ਇੱਕ ਹਨਾ, ਤੂੰ ਟੀ ਸ਼ਰਟ ਦਿਖਾ ਦੇ। ਸ਼ਰਟਾਂ ਤਾਂ ਮੇਰੇ ਲਵੇ ਬਹੁਤ ਪਈਆਂ ਨੇ ਘਰੇ। ਮੋਟੂ ਕਿਵੇਂ ਆ? ਮੈਨੂੰ ਦੇਖਿਆ ਹੀ ਨੀ, ਠੀਕ ਆ? ਹੋਰ ਮੇਰੇ ਸਾਲੇ ਦੇ ਲਾਲ ਰੰਗ ਦੀ ਲੈ, ਲਾਲ ਰੰਗ ਦੀ ਟੀ ਸ਼ਰਟ ਆ ਪਾਉਂਦੇ ਨੇ ਮੁੰਡੇ ਜੀ ਅੱਜ ਕੱਲ। ਸਾਲੇ ਦੇ ਚਾਮੀ ਚਮ ਲਮਕਦਾ ਦੇਖ। ਹੈ ਬਾਈ ਕਿਵੇਂ? ਓਏ ਆ ਚੱਲਦੀ ਅੱਜ ਕੱਲ, ਮੈਂ ਤੈਨੂੰ ਦੱਸਾਂ ਯਾਰ। ਚੱਕਰ ਪਤਾ ਕੀ ਆ? ਪਾ ਤਾਂ ਮੈਂ ਲਾਲ ਲੈਂਦਾ, ਸਾਡੇ ਜਿਹੜੀ ਕੋਠੀ ਆ ਉਹ ਹੈਗੀ ਲਾਲ ਰੰਗ ਦੀ,
ਕੱਪੜੇ ਨੀ ਦਿਖਾਉਂਦਾ ਯਾਰ ਮੈਨੂੰ, ਤੁਸੀਂ ਦੋਨੇ ਆਓ ਯਾਰ। ਮੈਨੂੰ ਇੱਕ ਗੱਲ ਦੱਸ, ਤੇਰਾ ਇੰਨਾ ਚਮਕਾ ਤੋਂ ਲਮਕਦਾ? ਰੋਟੀ ਘਰ ਤਕੜੇ ਘਰ ਦੇ ਬੰਦੇ ਆ, ਮਾੜੇ ਧੀੜੇ ਥੋੜੀ ਖਾਂਦੇ ਪੀਂਦੇ ਘਰ ਦੇ ਆ। ਨਹੀਂ ਨਹੀਂ ਖੜ ਜਾ, ਇਹ ਕਹਿੰਦਾ ਅਸੀਂ ਮਾੜੇ ਘਰ ਦੇ ਆ ਯਾਰ। ਤੂੰ ਤੇਰੇ ਤਾਂ ਚੰਮ ਨੀ, ਫਿਰ ਤੂੰ ਮਾੜੇ ਘਰ ਦੇ ਲੱਗਦਾ, ਮੈਂ ਤਾਂ ਖਾਂਦੇ ਪੀਂਦੇ ਘਰ ਦਾ। 70 ਕਿੱਲੇ ਜ਼ਮੀਨ ਆਉਂਦੀ ਆ ਮੈਨੂੰ, ਮੇਰੇ ਲਵੇ 5 ਵਿਗੇ ਆਉਂਦੀ ਆ, ਦੇਖ ਲਾ ਫਿਰ 70 ਕਿੱਲਿਆਂ ਵਾਲੇ ਦਾ ਸਰੀਰ, ਇਧਰ 5 ਵਿਗਿਆਂ ਵਾਲੇ ਦਾ ਦੇਖ ਲਾ। ਹਰੇਕ ਦੇ ਘਰੇ ਜਾ ਵੜਦਾ ਹੋਊਗਾ, ਤਾਂ ਹੀ ਫੁੱਲ ਫਲਾਪ ਟਾਕੀ ਜਲੇ ਦੇ। ਮੇਰੀ ਜੇਬ ਚ ਇਸ ਵਕਤ 50,000 ਰੁਪਇਆ, ਐ ਨੀ ਪਤਾ 50,000 ਦੇ ਕੱਪੜੀ ਲੈ ਜਾ। ਅੱਜ ਲਿਜਾ ਕੇ ਦਿਖਾ 50,000। ਏਸੀ ਦੀ ਹਵਾ ਨੇ ਕਮਾਲ ਹੀ ਕਰਤੀ, ਮਿੰਟ 2 ਹੋਰ ਖੜੀਏ ਫੇਰ ਚੱਲਦੇ। ਹੈ ਬਾਈ ਕੀ ਕਹਿੰਦਾ ਸੀ? ਬੈਲਟ ਪੂਰਾ ਹੀਰਾ ਹੀ ਆ, ਧਰਤੀ ਚੋਂ ਨਿਕਲਿਆ, ਧਰਤੀ ਚੋਂ। ਬਾਈ ਪਤਾ ਕੀ ਚੱਕਰਾਂ, ਇਹ ਤੁਸੀਂ ਕੱਪੜੇ ਵਾਲੇ ਹੁੰਦੇ ਹੋ ਨਾ, ਤੁਸੀਂ ਤਾਂ ਮਾੜੀ ਚੀਜ਼ ਨੂੰ ਵੀ ਕਹਿ ਦਿੰਦੇ ਹੋ ਵੀ ਆਹ ਬ੍ਰਾਂਡ ਪੂਰਾ ਤਕੜਾ, ਇਹ ਬ੍ਰਾਂਡ ਹੈਗਾ ਪੁਰਾਣਾ, ਕੋਈ ਹੋਰ ਦਿਖਾ। ਇਹ ਬ੍ਰਾਂਡ ਇਹ ਬਹੁਤ ਵਧੀਆ ਤੈਨੂੰ ਦਿਖਾਉਣਾ ਮੈਂ, ਸਮਝਦਾ ਸੀ ਇਹ ਤੇ ਜਿਹੜਾ ਆਹ ਲੋਗ ਆ ਕੱਲਾ, ਬਸ ਇਹਦਾ ਹੀ ਮੁੱਲ ਆ, ਕੱਪੜਾ ਤਾਂ ਚਾਹੇ ਤੂੰ ਨਾ ਲੈ, ਕੱਲਾ ਲੋਗ ਹੀ ਲੈ। ਆਹ ਦੇਖ ਸੱਚ ਗੱਲ ਮੂੰਹ ਚ ਨਿਕਲੇ ਸੀ ਨਾ ਵੀ ਲੋਗ ਹੀ ਵਧੀਆ, ਬਾਕੀ ਨਾਲ ਭਰਾਵਾ ਯਾਰ ਇਹਨੂੰ ਕਹਿ ਦਿਖਾ ਕੋਈ ਹੋਰ। ਚੱਲ ਐਂ ਕਰ ਖੜ ਜਾ, ਮੇਰੀ ਗੱਲ ਸੁਣ, ਤੂੰ ਮੈਨੂੰ ਆਹ ਕਾਲੀ ਸ਼ਰਟ ਦਿਖਾ ਦੇ, ਆਹ ਵਾਲੀ, ਹਾਂ ਇਹਦੀ ਮੇਰੀ ਘੜੀ ਨਾਲ ਮੈਚਿੰਗ ਹੋ ਜੂ। ਪਿਛਲੇ ਮਹੀਨੇ ਵੀ ਤੂੰ ਵਹੀ ਲੈ ਗਿਆ, ਬਾਈ ਮੇਰੀ ਗੱਲ ਸੁਣ ਲਾ, ਮੈਂ ਬੰਦਾ ਪਟਵਾਰੀ ਨਾਲ ਉੱਠਣੀ ਬਹਿਣੀ ਆ ਮੇਰੀ, ਮੈਂ ਕੇਸ ਕਰ ਦੂ ਵਕੀਲਾਂ ਨਾਲ ਰਹਿਣਾ ਮੈਂ। ਕਿਉਂ ਕੇਸ ਕਰਨਾ ਕਿਸੇ ਦੇ? ਤੂੰ ਮੈਨੂੰ ਆ, ਹਾਂ ਇਹ ਸਾਲਾ ਹੋਣਾ ਆ ਲੋਟ, ਹੁਣ ਲੈਣ ਮਿੰਟ ਤੇ ਚੜਿਆ ਇਹ ਤਾਂ ਕੱਪੜੇ ਘਰੇ ਵੀ ਛੱਡ ਗਿਆ ਉਹ। ਬਾਈ ਐ ਕਰ, ਕੱਪੜਾ ਤਾਂ ਸਾਲਾ ਵਧੀਆ ਪੂਰਾ, ਗੱਲ ਤਾਂ ਸਹੀ ਹੈ, ਆ ਪੈ ਟਹਿ ਲਾ ਦੇ ਇਹਦੀ, ਇਹਨਾਂ ਵਰਗਿਆਂ ਤਾਂ ਮੈਂ ਉਈ ਦਬਕਾ ਪਾਲਾ, ਇਹਨਾਂ ਨੂੰ ਕੀ ਪਤਾ ਵੀ ਜੱਟ ਉਈ ਤੁਰਿਆ ਫਿਰਦਾ, ਕਿਹੜੀ 70 ਕਿੱਲੇ ਜ਼ਮੀਨ। ਬਈ ਇਹ ਚਾਹ ਤਾਂ ਮੈਂ ਪੀ ਕੇ ਆਇਆ, ਆਪਾਂ ਕਾਫੀ ਪੀ ਲਾਂਗੇ 10 ਮਿੰਟ। ਬੰਦਾ ਮਰ ਗਿਆ, ਉਹ ਭਰਾਵਾ ਮਰ ਗਿਆ ਯਾਰ, ਐਹੀ ਜੀ ਗੱਲ ਸੁਣ ਕੇ ਨਾ ਮੇਰਾ ਹਾਸਾ ਬਹੁਤ ਨਿਕਲਦਾ। ਉਹ ਇਹ ਤਾਂ ਆਪ ਹੱਸ ਪਿਆ, ਇਹ ਤਾਂ ਆਪ ਹੱਸ ਪਿਆ, ਨਹੀਂ ਛੋਟਾ ਬੰਦਾ ਤਾਂ ਆਪ ਹੱਸ ਪਿਆ, ਬੁੜਾ ਬੰਦਾ ਸੀ ਕਿ ਨੌਜਵਾਨ ਸੀ, ਪਤਾ ਨੀ ਲੱਗਿਆ ਕਿਹੜਾ ਸੀਗਾ, ਨਹੀਂ ਨੌਜਵਾਨ ਸੀ ਕਿ ਬੁੜਾ ਸੀ। 3 ਘੰਟੇ ਪਹਿਲਾਂ ਦੁਕਾਨ ਕਰੀ ਸੀ, 3 ਘੰਟੇ ਪਹਿਲਾਂ ਦੁਕਾਨ ਕਰੀ ਸੀ, ਕੋਬੀ ਵਾਲਾ ਬੰਦਾ ਹੀ ਮਰ ਗਿਆ। ਮਸ਼ੀਨ ਵਿਚਾਰੇ ਨੇ ਸਟਾਰਟ ਕਰੀ, ਤਾਰਾਂ ਦੀ ਜਗ੍ਹਾ ਉਮਰ ਉਹ ਤਾਰਾਂ ਦੀ ਜਗ੍ਹਾ ਕੱਪੜੇ ਲੈ ਲੈ ਤੂੰ ਵੀ। ਉਹ ਭਰਾਵਾ ਕਿਵੇਂ ਆ ਮੋਟੂ, ਮੈਂ ਤਾਂ ਲੋਟ ਆ, ਤੂੰ ਦੱਸ ਬਾਈ। ਹਾਂ ਤੂੰ ਵੀ ਕੱਪੜੇ ਲੈਣਾ ਆ? ਨਹੀਂ ਮੈਂ ਤਾਂ ਏਸੀ ਦੀ ਹਵਾ ਲੈਣਾ। ਏਸੀ ਦੀ ਹਵਾ ਲੈਣਾ? ਤੂੰ ਵੀ ਮੇਰੇ ਨਾਲ ਦਾ ਕਿਉਂ? ਮੈਂ ਤੇਰੇ ਨਾਲ ਦਾ ਲੈ, ਦੱਸ ਮੈਂ ਤੇਰੇ ਨਾਲ ਦਾ ਕਿਵੇਂ? ਬਾਈ ਗੱਲ ਸੁਣ ਬਹਿ ਕੇ। ਹਾਂ
ਮੈਂ ਤਾਂ ਆਪ ਏਸੀ ਦੀ ਹਵਾ ਲੈਣਾ ਆ, ਕੱਪੜੇ ਕੁਪੜੇ ਕਿਹਨੇ ਲੈਣੇ ਨੇ, ਮੈਂ ਤਾਂ ਗਰਮੀ ਚ ਘਾਉਣਾ ਆ ਜੀ। ਮੈਂ ਜਾਨੂ ਟਾਵਾ ਸਾਲਾ ਏਸੀ ਦੀ ਹਵਾ ਲੈਣਾ ਆ। ਮਾਰਤਾ 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 ਮਾਰਤਾ